ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿਵੇਂ ਠੀਕ ਠਾਕ ਹੋ? ਅੱਜ ਅਸੀਂ ਬਣਾਉਣ ਲੱਗੇ ਸੀ ਸਵੰਜਨੇ ਦਾ ਅਤੇ ਮਿਰਚਾਂ ਦਾ ਅਚਾਰ, ਜਿੰਨਾ ਕੁ ਸਾਨੂੰ ਆਉਂਦਾ ਹੈ ਉਹਦੇ ਅਕੋਰਡਿੰਗਲੀ, ਅਤੇ ਜਿੰਨਾ ਕੁ ਪਤਾ ਆ ਕਿ ਸਵੰਜਣਾ ਜਿਹੜਾ ਆ ਉਹ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਆ। ਅਸੀਂ ਕਿਹਾ ਚਲੋ ਸਵਾਦ ਦੇ ਨਾਲ ਨਾਲ ਸਿਹਤ ਵੀ ਠੀਕ ਰਹੂਗੀ, ਇਸ ਲਈ ਅਚਾਰ ਪਾਉਣ ਦੀ ਤਿਆਰੀ ਆ। ਹੁਣ ਮੈਂ ਕੱਟਦੀ ਪਈ ਹਾਂ ਸਵੰਜਣਾ, ਅਤੇ ਇਹ ਵੈਸੇ ਤਾਂ ਬਹੁਤ ਸਖਤ ਹੁੰਦਾ ਆ, ਪਰ ਇਹ ਆ ਕਿ ਚਲੋ ਛਿੱਲਿਆ ਜਾਂਦਾ ਆ, ਅਚਾਰ ਪਾ ਕੇ ਬਾਅਦ ਵਿੱਚ ਖਾਣ ਦੇ ਵਿੱਚ ਬਹੁਤ ਵਧੀਆ ਹੁੰਦਾ ਆ ਅਚਾਰ ਇਹਦਾ। ਅਤੇ ਮਿਰਚਾਂ ਦਾ ਤਾਂ ਤੁਹਾਨੂੰ ਪਤਾ ਹੀ ਆ, ਸਵਾਦ ਲਈ ਜਿਹੜੀਆਂ ਆ ਉਹ ਆਪਾਂ ਖਾਈਦੀਆਂ ਆ। ਅਤੇ ਚਲੋ ਦੇਖਦੇ ਹਾਂ ਅੱਗੇ ਅੱਗੇ ਕਿ ਕਿਵੇਂ ਬਣਦਾ ਆ ਅਚਾਰ। ਅਤੇ ਸਾਡੇ ਘਰ ਦੇ ਵਿੱਚ ਜਿਹੜੀਆਂ ਮਿਰਚ ਥੋੜ੍ਹੀ ਉਹ ਘੱਟ ਹੀ ਪਸੰਦ ਕਰਦੇ ਆ, ਥੋੜ੍ਹੀ ਜ਼ਿਆਦਾ ਤਿੱਖੀ ਮਿਰਚ ਨਹੀਂ ਖਾਂਦੇ, ਇਸ ਲਈ ਮੈਂ ਜਿਹੜਾ ਵਾ ਅਚਾਰ ਮਿਰਚ ਦੇ ਪੀਸ ਜਿਹੜੇ ਉਹ ਛੋਟੇ ਛੋਟੇ ਹੀ ਰੱਖੇ ਕਿ ਬਾਕੀ ਦੀ ਮਿਰਚ ਜਿਹੜੀ ਉਹ ਵੇਸਟ ਨਾ ਹੋਵੇ, ਅਤੇ ਅਚਾਰ ਵੀ ਜਿਹੜਾ ਉਹ ਜ਼ਿਆਦਾ ਟਾਈਮ ਕੱਢ ਜੇ। ਇਹ ਮਸਾਲੇ ਆ ਹੁਣ ਚਾਰ ਵਿੱਚ ਪਾਉਣੇ, ਹਾਂਜੀ ਤੇ ਇਹ ਲੂਣ, ਇਹ ਜੀਰਾ, 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 ਦਾਲਚੀਨੀ, ਦਾਲਚੀਨੀ, ਹਲਦੀ, ਹਲਦੀ, ਲਾਲ ਮਿਰਚਾਂ, ਲਾਲ, ਤੇ ਹੋਰ ਪੈਣਾ ਵਾ ਵਾਈਟ ਵਿਨੇਗਰ, ਤੇ ਉਹ ਬਾਅਦ ਵਿੱਚ ਪਾਉਣੇ ਆ। ਪਹਿਲਾਂ ਇਹਨਾਂ ਨੂੰ ਪਰਤਣਾ ਹੈ, ਪਹਿਲਾਂ ਆਪਾਂ ਤੜਕਣਾ ਹੈ ਇਹਨਾਂ ਨੂੰ ਸਵੰਜਣਾ। ਤੇਲ ਹੋ ਗਿਆ ਵਾ ਗਰਮ, ਚਾਰ ਬਣ ਜਾਓ। ਸਵੰਜਣਾ ਹੁੰਦਾ ਜਿਹੜਾ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ। ਕਹਿੰਦੇ ਆ ਕਿ ਇੱਕ ਮੌਤ ਤੋਂ ਇਲਾਵਾ ਬਾਕੀ ਸਾਰੀ ਬਿਮਾਰੀਆਂ ਦੇ ਜਿਹੜੇ ਆ ਇਲਾਜ ਕਰ ਸਕਦਾ ਭਾਈ, ਜੇ ਇਹਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾਵੇ। ਸੱਤ ਮਿੰਟ ਜਿਹਨੂੰ ਫਰਾਈ ਕਰਕੇ ਅਤੇ ਲਾ ਲੈਣਾ ਆ। ਮੈਂ ਫਿਰ ਮਿਰਚਾਂ ਅਲੱਗ ਤੋਂ ਕਰ ਦੇਣੀ, ਅਤੇ ਬਾਅਦ ਵਿੱਚ ਮਿਕਸ ਕਰ ਦਾਂਗੇ ਦੋਵਾਂ ਨੂੰ, ਅਤੇ ਫਿਰ ਮਸਾਲੇ ਪਾਵਾਂਗੇ। ਹੁਣ ਪੱਕਾ ਵੀ ਨਹੀਂ ਪਤਾ ਕਿ ਕਿੱਦਾਂ ਪਾਈਦਾ ਹੈ, ਰੈਸਪੀ ਵੇਖੀਏਗੀ ਯੂਟਿਊਬ 'ਤੇ। ਹੁਣ ਪਹਿਲਾਂ ਤਾਂ ਮੰਮੀ ਪਾ ਦਿੰਦੇ ਹੁੰਦੇ ਸੀਗੇ ਚਾਰ, ਉਦੋਂ ਖਾਣਾ ਸੌਖਾ ਲੱਗਦਾ ਸੀਗਾ, ਹੁਣ ਬਣਾਉਣਾ ਪੈਂਦਾ ਅਤੇ ਹੁਣ ਰੋਣਾ ਹੀ ਆਉਂਦਾ ਆ। ਹੁਣ ਆਪਾਂ ਇਹਨਾਂ ਨੂੰ ਦੋਵਾਂ ਨੂੰ ਮਿਕਸ ਕਰ ਦਾਂਗੇ। ਗੈਸ ਨੂੰ ਕਰ ਦਾਂਗੇ ਬੰਦ, ਅਤੇ ਹੁਣ ਜਿਹੜੇ ਆਪਣੇ ਮਸਾਲੇ ਆ ਇਹ ਪਾ ਦਾਂਗੇ। ਬਾਕੀ ਮਸਾਲੇ ਤੇ ਸਾਰੇ ਆਪਣੀ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਪਾ ਲੈਂਦੇ। ਸ਼ਮ ਤੂੰ ਕੀ ਪੀਣ ਡਈ ਆ? ਕੀ ਹੈ? ਬਲੈਕ ਕੋਕ। ਹਲਦੀ ਪਾ ਕੇ ਥੋੜਾ ਜਿਹਾ ਰਿੰਨਣਾ ਨਹੀਂ, ਉਹ ਵੀ ਜਾਸ ਭੁੱਲ ਗਿਆ ਸੀਗਾ। ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਆ, ਮੇਰੇ ਕੋਲ ਤੇ ਆਹ ਵਾਲਾ ਵਿਨੇਗਰ ਸੀਗਾ।
ਇਹ ਵਾਲਾ ਪਾਉਣਾ ਤੈਨੂੰ ਕੀ ਕਰਨ ਡਿਆ ਓਕੇ ਗੁੱਡ ਬੇਟਾ ਕੋਟੀ ਵੱਡਾ ਪੀਤਾ ਹੀ ਕੋਟੀ ਵੱਡਾ ਪੀਤਾ ਮੈਂ ਜਰੂਰ ਹੀ ਕਰਿਓ ਥੈਂਕ ਯੂ ਧੰਨਵਾਦ ਬਾਏ ਬਾਏ